ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪਲੇਟਫਾਰਮ ਮਾਸਟਰ ਕਲਾਸਿਸ ਪਟਿਆਲਾ ਤੇ। ਜਿਵੇਂ ਕਿ ਤੁਸੀਂ ਥੰਬਨੇਲ ਤੇ ਵੀ ਦੇਖ ਲਿਆ ਤੇ ਦੇਖ ਰਹੇ ਹੋ ਕਿ ਪੰਜਾਬ ਦਾ ਜਿਹੜਾ ਇਸ ਵਾਰ ਦਾ ਆਰਥਿਕ ਸਰਵੇਖਣ ਆ। ਪਹਿਲੀ ਗੱਲ ਮੈਂ ਦੱਸਦਾ ਕਿ ਇਹ ਪੂਰੀ ਦੀ ਪੂਰੀ ਵੀਡੀਓ ਇੰਗਲਿਸ਼ ਮੀਡੀਅਮ 'ਚ ਕਿਉਂ ਬਣਾਈ ਜਾ ਰਹੀ ਆ, ਉਹਦਾ ਵਜ੍ਹਾ ਇਹ ਆ ਕਿ ਐਕਚੁਅਲੀ ਜਿਹੜੀ ਸਭ ਤੋਂ ਮੇਨ ਦਿੱਕਤ ਆਈ ਆ ਉਹ ਇਹ ਆ ਕਿ ਪੰਜਾਬ ਦੀ ਇਕਨੋਮੀ ਇਹ ਇੱਥੇ ਕਿਸ ਐਂਗਲ ਤੋਂ ਪੜ੍ਹਾਈ ਜਾਊਗੀ ਇਸ ਲੈਕਚਰ ਦੇ ਵਿੱਚ। ਅਸਲ ਦੇ ਵਿੱਚ ਰੀਸੈਂਟਲੀ ਪੰਜਾਬ ਦੇ PPSC ਨੇ, ਜੋ PPSC ਕਮਿਸ਼ਨ ਆ, ਉਹਨਾਂ ਨੇ ਸੈਕਸ਼ਨ ਆਫੀਸਰਸ ਦੀ ਇੰਟਰਵਿਊ ਦਾ ਪਲਾਨ ਉਲੀਕਿਆ ਹੈ। ਤਾਂ ਐਸਪੀਰੈਂਟਸ ਦੀ ਇੱਕ ਡਿਮਾਂਡ ਸੀ ਕਿ ਸਰ ਪੰਜਾਬ ਦੀ ਆਰਥਿਕਤਾ ਕਿੱਥੇ ਕੁ ਖੜੀ ਹੋਈ ਆ, ਪੰਜਾਬ ਦੀ ਇਕੋਨਮੀ ਦਾ ਕੀ ਸਟੇਟਸ ਆ, ਸਾਡੇ ਐਂਗਲ ਤੋਂ ਇੱਕ ਲੈਕਚਰ ਬਣਾਇਆ ਜਾਵੇ। ਇਸ ਤੋਂ ਪਹਿਲਾਂ ਮੈਂ ਇੱਕ ਲੈਕਚਰ ਬਣਾ ਚੁੱਕਿਆ ਓਰੀਐਂਟੇਸ਼ਨ ਦਾ, ਤੀਸਰਾ ਲੈਕਚਰ ਮੈਂ ਜੋਬ ਪ੍ਰੋਫਾਈਲ ਦਾ ਬਣਾਊਂਗਾ, ਜੋ ਕਿ 15 ਕੁ ਮਿੰਟ ਦਾ ਲੈਕਚਰ ਰਹਿਣ ਵਾਲਾ ਹੈ। ਉਸ ਤੋਂ ਪਹਿਲਾਂ ਇਹ ਲੈਕਚਰ ਹੋਊਗਾ ਅਤੇ ਉਸ ਤੋਂ ਬਾਅਦ ਡੈਫ ਦਾ ਜੋ ਲਾਸਟ ਪੋਰਸ਼ਨ ਆ, ਕਿਉਂਕਿ ਵੈਸੇ ਤਾਂ ਪੂਰਾ ਜੋ ਐਪਲੀਕੇਸ਼ਨ ਫੋਰਮ ਉਹਨੂੰ ਭਰਨ ਦਾ ਮੈਂ ਦੱਸਦਾ ਕਿ ਤੁਹਾਡੇ ਪਰਸਨਲ 'ਚੋਂ ਕੀ ਪੁੱਛਿਆ ਜਾਊਗਾ ਅਤੇ ਦੂਸਰੇ 'ਚੋਂ ਕੀ ਪੁੱਛਿਆ ਜਾਊਗਾ, ਅਕੈਡਮਿਕਸ 'ਚੋਂ ਕਿਵੇਂ ਸਵਾਲ ਆ ਸਕਦੇ ਆ, ਸਭ ਤੋਂ ਲਾਸਟ 'ਚ ਰਹਿ ਗਿਆ ਕਰੰਟ, ਠੀਕ ਆ, ਕਿ ਤੁਹਾਨੂੰ ਕਿਹੜਾ ਟੋਪਿਕ ਟਿਕ ਕਰਨਾ ਚਾਹੀਦਾ। ਇਹ ਮੇਰਾ ਚੌਥਾ ਲੈਕਚਰ ਉਹਦੇ ਨਾਲ ਸੰਬੰਧਿਤ ਹੋਊਗਾ, ਤਾਂ ਜੋ ਤੁਸੀਂ ਜੇ ਇੰਟਰਵਿਊ ਦੇਣ ਜਾਓ ਤਾਂ ਤੁਹਾਨੂੰ ਕੋਈ ਦਿੱਕਤ ਨਾ ਆਵੇ। ਅਤੇ ਸਾਰੇ ਲੈਕਚਰ ਯੂਟਿਊਬ 'ਤੇ ਲੈਕਚਰ 1, 2, 3, 4 ਕਰਨੋਲਜੀ 'ਚ ਸ਼ਾਮ ਤੱਕ ਅਪਲੋਡ ਹੁੰਦੇ ਰਹਿਣਗੇ। ਇਹ ਸੰਡੇ ਹੈ ਜਿਸ ਦਿਨ ਅਸੀਂ ਇਹ ਲੈਕਚਰ ਰਿਕਾਰਡ ਕਰ ਰਹੇ ਹਾਂ, ਅਤੇ ਸ਼ਾਮ ਤੱਕ ਇਹ ਲੈਕਚਰ ਰਿਕਾਰਡ ਹੁੰਦੇ ਰਹਿਣਗੇ। ਖੈਰ ਆ ਜਾਓ, ਇਸ ਤੋਂ ਬਾਅਦ ਇੱਕ ਲੈਕਚਰ ਆਈ ਥਿੰਕ ਵਿੱਚ ਛੋਟਾ ਜਿਹਾ ਮੈਂ 25-30 ਮਿੰਟ ਦਾ ਉਹਨਾਂ ਕਰੰਟ ਨਾਲ ਰਿਲੇਟਡ ਰੱਖੂੰਗਾ, ਚਾਹੇ ਉਹ ਪੋਲੀਟੀ ਜਾਂ ਕਿਸੇ ਨਾਲ ਵੀ ਰਿਲੇਟਡ ਆ, ਤਾਂ ਕਿ ਤੁਹਾਨੂੰ ਸਮਝ ਆ ਜਾਵੇ। ਖੈਰ ਆ ਜਾਓ, ਅਸੀਂ ਜੇ ਪੰਜਾਬ ਦੀ ਸੈਕਟਰ ਵਾਈਜ਼ ਕੰਪੈਰੀਜ਼ਨ ਕਰੀਏ ਤਾਂ ਮੈਂ ਤੁਹਾਨੂੰ ਦੱਸਦਾ ਕਿ ਵੈਸੇ ਵੀ ਤੁਹਾਨੂੰ ਤਾਂ ਪਤਾ ਹੀ ਹੈ, ਤੁਸੀਂ ਇਕਨੋਮਿਕਸ ਦੀ ਸਮਝ ਰੱਖਦੇ ਹੋ, ਤਾਂ ਤੁਸੀਂ ਨਾ ਜਨਰਲ ਜੀ ਗੱਲ ਕਰਨੀ, ਉੱਥੇ ਤੁਹਾਨੂੰ ਕੋਈ ਅੰਕੜੇ ਰਟੇ ਨਹੀਂ ਹੋਣੇ ਚਾਹੀਦੇ। ਕਿਉਂਕਿ ਇੱਕ ਗੱਲ ਹੋਰ, ਬੇਸ਼ੱਕ ਇਕਨੋਮਿਕ ਸਰਵੇ ਨੂੰ ਜਿਹੜਾ ਮਰਜ਼ੀ ਪੜ੍ਹਦੇ, ਜਿਹੜਾ ਸਟੂਡੈਂਟ, ਉਹਦਾ ਪਤਾ ਨਹੀਂ ਸੈਕਸ਼ਨ ਆਫੀਸਰ ਦੇ ਇੰਟਰਵਿਊ ਹੈ ਕਿ ਨਹੀਂ ਹੈ, ਪਰ ਉਹਨੂੰ ਨਾ ਉਸ ਪੜ੍ਹਾਊਂਗਾ ਤਾਂ ਮੈਂ ਉਸੇ ਐਂਗਲ ਤੋਂ, ਕਿਉਂਕਿ ਉਹਨਾਂ ਨਾਲ ਕਮਿਟਮੈਂਟ ਆ ਕਿ ਜੇ ਮੈਂ ਉਹਨਾਂ ਦੀਆਂ ਮਾਰਕਸ ਨਹੀਂ ਲੈ ਸਕੇ ਅਸੀਂ ਕਿਸੇ ਬਹੁਤ ਵੱਡੀ ਮਜਬੂਰੀ ਕਰਕੇ, ਬਟ ਉਹਨਾਂ ਨੂੰ ਅਸੀਂ ਇਹ ਚੀਜ਼ ਪ੍ਰੋਵਾਈਡ ਕਰਾਈਏ ਤਾਂ ਜੋ ਉਹਨਾਂ ਦਾ ਨੁਕਸਾਨ ਹੁਣੋਂ ਬਚ ਸਕੇ। ਦੇਖੋ, ਇੱਕ ਗੱਲ ਕਲੀਅਰ ਆ, ਸਰਵਿਸ ਸੈਕਟਰ, ਸੇਵਾ ਖੇਤਰ ਜਿਹੜਾ ਹੈ, ਉਹਦੇ 'ਚ ਅੱਜ ਦੀ ਘੜੀ ਪੰਜਾਬ ਦੇ ਵਿੱਚ 38% ਲੋਕ ਜਿਹੜੇ ਆ ਉਹ ਮਤਲਬ ਕਿ ਬਿਜ਼ਨਸ ਕਰ ਰਹੇ ਆ, ਅਤੇ 36% ਲੋਕ ਇਨਵੋਲਵਡ ਨੇ ਇੰਡਸਟਰੀ 'ਚ, ਅਤੇ 26% ਲੋਕ ਇਨਵੋਲਵਡ ਨੇ ਖੇਤੀਬਾੜੀ 'ਚ। ਇਟ ਮੀਨਸ ਲੋਕਾਂ ਨੂੰ ਜਿੱਥੋਂ ਤੱਕ ਮਤਲਬ ਕਿ ਸ਼ੇਅਰ ਦੇਣ ਦੀ ਗੱਲ ਆ, ਲੋਕਾਂ ਨੂੰ ਆਪਣੇ ਬਿਜ਼ਨਸ 'ਚ ਸਮਾਉਣ ਦੀ ਗੱਲ ਆ, ਤਾਂ ਤੁਸੀਂ ਆਪਣੀ ਕਿਸੇ ਵੀ ਗੱਲ 'ਚ, ਇੰਟਰਵਿਊ 'ਚ ਇਹ ਕਹਿ ਸਕਦੇ ਹੋ ਕਿ ਸਰ ਸਰਵਿਸ ਸੈਕਟਰ ਅੱਜ ਵੀ ਬੜਾ ਵੱਡਾ ਰੋਲ ਅਦਾ ਕਰ ਰਿਹਾ। ਪੰਜਾਬ ਦੇ ਕੇਸ 'ਚ ਦੇਖਿਆ ਜਾਵੇ ਤਾਂ ਸਭ ਤੋਂ ਵੱਧ ਇੰਪਲੋਇਜ਼ ਨੂੰ ਐਡਜਸਟ ਕਰਨ ਦੀ ਜ਼ਿੰਮੇਵਾਰੀ ਸਰਵਿਸ ਸੈਕਟਰ ਦੀ ਆ, ਫਿਰ ਮੈਨੂਫੈਕਚਰਿੰਗ ਦੀ ਆ, ਅਤੇ ਫਿਰ ਖੇਤੀਬਾੜੀ ਦੀ ਆ। ਕਿਸੇ ਵੀ ਬਹਿਸ ਦੇ ਵਿੱਚ ਤੁਸੀਂ ਇਸ ਫੈਕਟ ਨੂੰ ਰੱਖ ਸਕਦੇ ਹੋ। ਅਤੇ ਸਭ ਤੋਂ ਇੰਟਰਸਟਿੰਗ ਗੱਲ, ਸਰਵਿਸ ਸੈਕਟਰ ਜਿਹਨੂੰ ਅਸੀਂ ਸੇਵਾ ਖੇਤਰ ਕਹਿ ਦਿੰਦੇ ਹਾਂ, ਇਹ ਇਕੱਲਾ ਸਭ ਤੋਂ ਵੱਧ ਲੋਕਾਂ ਨੂੰ ਆਪਣੇ ਅੰਦਰ ਨਹੀਂ ਸਮਾ ਰਿਹਾ, ਸਾਡੀ GSDP ਗਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਠੀਕ ਆ, ਰਾਜ ਸਕਲ ਘਰੇਲੂ ਉਤਪਾਦ ਦੇ ਵਿੱਚ ਵੀ ਇਹਦਾ ਯੋਗਦਾਨ 46% ਆ, ਅਤੇ 25% ਦੇ ਅਰਾਊਂਡ ਜਿਹੜੀ ਸਾਡੀ ਇੰਡਸਟਰੀ ਦਾ ਯੋਗਦਾਨ ਹੈ ਇਹਦੇ 'ਚ, ਠੀਕ ਆ। ਸੋ ਨੈਕਸਟ, ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਖੇਤੀਬਾੜੀ 38% ਰੋਲ ਅਦਾ ਕਰਦੀ ਹੈ। ਸੋ ਇਹ ਕੁਝ ਅੰਕੜੇ ਨੇ ਜਿਹੜੇ ਤੁਹਾਡੇ ਸਾਹਮਣੇ ਹੋਣੇ ਚਾਹੀਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਭ ਤੋਂ ਵੱਧ ਸਰਵਿਸ ਸੈਕਟਰ ਹੀ ਕੰਟਰੀਬਿਊਟ ਕਰਦਾ ਹੈ ਇੰਪਲੋਇਜ਼ ਨੂੰ, ਇੰਪਲੋਇਮੈਂਟ ਜਨਰੇਸ਼ਨ 'ਚ, ਅਤੇ ਸਭ ਤੋਂ ਵੱਧ ਉਹ GDP 'ਚ ਰੋਲ ਅਦਾ ਕਰਦਾ ਹੈ। ਖੈਰ ਆ ਜਾਓ ਅੱਗੇ, ਇਹ ਇਸ ਫਿਗਰ 'ਚੋਂ ਹੋਰ ਕੁਛ ਨਹੀਂ, ਇਹ ਇਕਨੋਮਿਕ ਸਰਵੇ ਦੇ ਵਿੱਚੋਂ ਚੱਕੀ ਗਈ ਫਿਗਰ ਆ। ਜੇ ਗੱਲ ਕਰੀਏ ਪੰਜਾਬ ਨੂੰ ਇੰਡੀਆ ਦੀ ਗਰੇਨਰੀ, ਖਾਦਿਆਨ ਭੰਡਾਰ ਕਿਉਂ ਕਿਹਾ ਜਾਂਦਾ ਹੈ, ਇਹਦੇ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਸਮਝਣ ਦੀ ਕੋਸ਼ਿਸ਼ ਕਰਿਓ, ਪੰਜਾਬ ਜਿਹੜਾ ਹੈ ਨਾ ਉਹ 12.8% ਝੋਨਾ ਅਤੇ 18.2% ਵੀਟ ਪ੍ਰੋਡਕਸ਼ਨ ਕਰਦਾ ਹੈ। ਅਤੇ ਇੱਕ ਗੱਲ ਹੋਰ, ਕੇਂਦਰੀ ਪੂਲ, ਸੈਂਟਰਲ ਪੂਲ ਕੀ ਹੁੰਦਾ ਹੈ, ਫੂਡ ਕਾਰਪੋਰੇਸ਼ਨ ਆਫ ਇੰਡੀਆ, ਕਿ ਅਸੀਂ ਕੇਂਦਰ ਨੂੰ ਕਿੰਨਾ ਦਿੰਦੇ ਹਾਂ, ਤਾਂ ਤੁਸੀਂ ਸੋਚ ਕੇ ਦੇਖੋ, 21% ਅਸੀਂ ਝੋਨਾ ਅਤੇ 31% ਅਸੀਂ ਕਣਕ ਕੇਂਦਰ ਨੂੰ ਕੰਟਰੀਬਿਊਟ ਕਰਦੇ ਹਾਂ। ਇਟ ਮੀਨਸ ਪੂਰੀ ਕੇਂਦਰ ਦੇ FCI ਦੇ ਗੋਡਾਊਨਸ ਦੇ ਵਿੱਚ ਜਿੰਨੀ ਕਣਕ ਆ, ਉਹਦੇ 'ਚੋਂ 21% ਸਾਡੀ ਆ, ਝੋਨਾ ਸਾਡਾ ਹੈ, ਅਤੇ 31% ਸਾਡੀ ਉੱਥੇ ਕਣਕ ਆ, ਇਹ ਇੰਪੋਰਟੈਂਟ ਆ। ਅਤੇ ਜੇ ਮੈਂ ਗੱਲ ਕਰਾਂ ਸਾਡਾ ਏਰੀਆ ਅੰਡਰ ਕਲਟੀਵੇਸ਼ਨ ਕਿੰਨਾ ਹੈ, ਰਿਪੋਰਟਡ ਏਰੀਆ, ਤਾਂ 7% ਅਤੇ 12% ਆ ਕਣਕ ਦੇ, ਝੋਨੇ ਦੇ ਅੰਡਰ ਅਤੇ ਕਣਕ ਦੇ ਅੰਡਰ।
सो पंजाब का यह स्टेटस आ कि 7% साड़ी जमीन एरिया अंडर कल्टीवेशन चा झोने के अंडर, पर असी 12.8% झोना पैदा करते हैं तो 21% जोड़ा झोना है वह असी कॉन्ट्रीब्यूट करते हैं। सो इंपोर्टेंट चीज़ सानू समझन की लोड़ है। खैर साड़ी कॉन्ट्रीब्यूशन कितने वादा साड़ी एरिया अंडर कॉन्ट्रीब्यूशन तो लो जी ए एग्रीकल्चर ना रिलेटेड एक अंकड़ा जो तुसी समझ रखना। तुहानू कोई सवाल पूछा जाए कि पंजाब की खेतीबाड़ी का की स्टेटस है जां खेतीबाड़ी नाल संबंधित कुछ भी सवाल तुहानू पंजाब की एग्रीकल्चर नाल तुसी पंजाब की इकोनमी च इंट्रस्ट रखते हो तुसी ये भी जाके जे तुसी अपना इंट्रस्ट शो करता तो मैनू लगता कि तुसी कह सकते हो कि हाँ मैं पंजाब का इस बार का इकोनॉमिक सर्वे माड़ा मोटा समझिया है कोशिश की है तो जो तुहानू इस पासे उलझाउण की कोशिश भी करनगे नैचुरल जी गल आ ते ओ तुहानू इस बार इकोनॉमिक सर्वे चो कह देणगे कि दसो पंजाब की खेतीबाड़ी का की स्टेटस आ एग्रीकल्चर का मैनुफैक्चरिंग का तो तुहाडे कोल अंकड़े पए होणगे तुसी फायर कर सकते हो। बहुत रेयर केस आ कि बैकफायर होवे ठीक आ बलफ ना करियो झूठ ना बोलियो पर इन्हां अंकड़िया सही तरीके नाल वरतियो। हुण देखो असल दे विच जे आपां गल करिए GCF टू GSVA कि पंजाब की जिनी ग्रॉस स्टेट डोमैसटिक वैल्यू एडिशन है जिन्होंने आप जी डी पी टाइप भी कह दें ठीक है तो पंजाब की जी डी पी का कितना हिस्सा जिहड़ा है तो मतलब पंजाब की जी डी पी का कितना हिस्सा है GSVA ग्रॉस स्टेट वैल्यू एडिशन का कितना हिस्सा है जो कैपिटल फॉर्मेशन च बनया है ठीक है भाव पंजाब की जी डी पी का कितना हिस्सा है जिन्हें अगे कमा के दिता है उन्होंने कहें ग्रॉस कैपिटल फॉर्मेशन। तो तुम समझ की कोशिश करो 2011-12 के जे आप गल करिए 28% से अज ये 33% आ यदा मतलब इंडस्ट्री दे विच जो पैसा लग रहा है पूंजी निवेश हो रहा है वो अगे 2011 च इन्नी उहदे चों अगे आउटपुट निकलती सी ते लगातार 21-22 च साडी आउटपुट वधी आ 33% हो रही है। सर्विस सैक्टर दे विच असी कोई बहुत ज़्यादा जो सर्विस सैक्टर चों पैसा कमा रहे हैं उहनू उहदे च इनवैसट करके उहदे चों पैसा नहीं कमा पा रहे मीनस सर्विस सैक्टर च असी 2011-21 च उत्थे की खड़े हाँ किहदे किस मामले की गल हो रही है कि असी अपनी जी डी पी नूं किन्ना क गैप कैपिटल फॉर्मेशन जिहड़ी आ उह कर पा रहे हैं GCF टू GSVA मतलब साडी जिन्नी उहदे च पूंजी निवेश होई आ उहदे चों किन्नी क साडी जी डी पी दा रोल अदा कर रही है। सो GCF टू GSVA रेशो बेसिकली आही हुंदी है ठीक है। आ देखो आ चीज़ हुंदी है GCF टू GSVA कि साडी किन्नी जी डी पी दा किन्ना हिस्सा अगे जाके आउटपुट बनया है उन्हूं कहिंदे आ GCF टू GSVA रेशो। सो ये सर्विस सैक्टर के केस च घट आ ते मैनुफैक्चरिंग च असी ये उम्मीद कर सकते हैं कि साडा जो पैसा मैनुफैक्चरिंग च हैगा है वो ज़्यादा कैपिटल क्रिएट करके दे रहा सानू। नैक्सट उस तो बाद अगे आ गया अगला अंकड़ा साढ़े कोल जिहड़ा है सो ये डीकोड किया गया है इकोनॉमिक सर्वे नूं तुहाडे वास्ते तां कि तुसीं पंजाब दे इकोनॉमिक सर्वे बारे जे पंजाब दी इकोनॉमी बारे समझ रखते हो तां उह तुहानूं जे पुछण वी पुछणगे तां तुहानूं पता होना चाहिए। हुण गल करदे हां पंजाब दे अमीर जिलियां दी पर कैपिटा इनकम प्रति व्यक्ति आमदनी जे मैं गल करां तां रूपनगर दी SCS नगर दी ते लुधियाणा। हुण इंट्रस्टिंग गल की आ रूपनगर एक खेतीबाड़ी आधारित जिला है मीनस कि एग्रीकल्चर बेस्ड इकोनमी उतों की वो बावजूद भी यह पंजाब का सब तो वध पर कैपिटा इनकम वाला जिला है। ये सब तो इंपोर्टेंट गल आ 29% जिहड़ी उह आ जी डी पी ए दी इंडिया की इस जिले की जी डी पी 29% आ जो खेतीबाड़ी चाहती है। दूजे नंबर पर SCS नगर तो लुधियाना वो तो देखो ओबीएस जी गल आ तुसी आप साब ला के देख लो कि उन्होंने तो नंबर वन होना ही है क्योंकि नंबर टू या नंबर थ्री होना ही है क्योंकि वो तो इंडस्ट्री बेस्ड तो एक सर्विस सैक्टर बेस्ड जिला है। खेतीबाड़ी आधारित जिला पहले नंबर पर आ ये वाकई इंपोर्टेंट गल आ पर टेंशन वाली गल आ साढ़े बॉर्डर एरिए जिथे हुण साढ़े गवर्नर साहब रीविजिट कर रहे हैं जदों की आप लैक्चर बना रहे हैं तो साढ़े गुरदासपुर ते तरन तारण जिहड़े कि बहुत बैकवर्ड एरिए आ इन्हां दी विडंबना ये भी आ कि ये साढ़े लोएसट पर कैपिटा जिले ने स्टेट के
खैर मोगा हो गया, फिरोजपुर हो गया, इन्हों तो पहला ही भारत सरकार जिहड़े एस्पीरेशनल जिले बनाए हैं, जिहड़े उन्होंने डिस्ट्रिक्स डिकलेयर किए हैं, उन्हां च पा चुकी है जिन्हां दी विकास की बहुत लोड़ आ। खैर अगे आ जाओ, हुण आपां करदे आ पंजाब की आबादी की गल, जिहड़ी वर्किंग पॉपुलेशन आ, कम कार दे लायक जिहड़ी साडी साडा जिहड़ा एज ग्रुप आ, असीं उहदी गल करदे आ। देखो वर्किंग एज 15 to 64 साल तक होंदी है, ये पंजाब दे इकनोमिक सर्वे की डेफिनेशन आ। वैसे 15 to 59 भी गिन ली जाती है, पर यूथ मनिया जाता है 15 to 29। सो जे तुहानू कोई ये पुछे कि पंजाब दा यूथ इस टाइम किन्ने परसेंट आ, इस टाइम पंजाब दी यूथ आबादी 31.9% आ, तो वर्किंग आबादी 73.5% आ, ये बहुत इंपॉर्टेंट आ। सो पंजाब दे केस दे विच वर्किंग आबादी वाला जिहड़ा टेबल आ, ये बिल्कुल लेटेस्ट डाटा है। सो पंजाब दी इस टाइम वर्किंग आबादी जिहड़ी आ वो हैगी आ 73.5%, तो 32% पंजाब च यूथ आ। यूथ की डेफिनेशन आ 15 to 29 साल, ठीक आ। स्टैपिंग इन टू वर्किंग एज, जिन्हें अगले दशक च जाके ओ यूथ बन जाना है जां ओ वर्किंग हो जाना 15 to 5 to 14 साल वाले, ये पंजाब च 14% लोग ने। सो मोस्ट इंपोर्टेंट, आने वाले समय च साडा यूथ घटूगा, वो घट ही है ना, यूथ घटूगा तो साड़ी जिहड़ी बोझ आ साडे ते वो वधूगा, डेमोग्राफिक डिविडेंड घटूगा। मैनू लगता तुसीं वध जाण दिओ मेरे नालों। जे मैं गल करा एनुअल पॉपुलेशन ग्रोथ की, आबादी के वधन की, पंजाब ने ये बहुत कामयाबी हासिल की है, किवें हुण भी सुनो। कहिंदे 2001.4 रहा है पंजाब का फर्टिलिटी रेट, मतलब कि साड़ी अगे आबादी की वधन दर जिहड़ी आ वो 1.4% रही है, जो इंडिया के केस के 1.8% आ। कहिंदे जे असी 2020 का अंकड़ा लईए तो भारत का जिहड़ा मतलब कि फर्टिलिटी रेट 2% आ, इंडिया का 1.5%। 2 या 2.1% फर्टिलिटी रेट का मतलब हुंदा है दो बच्चे अगे जन्मे, एक माँ एक प्यो, जदों ये दोवें मर गए तो बच्चे अगे दो हो गए तो बैलेंस बनया रहिंदा है। सो इस रेट ते आबादी वधदी नहीं गी, पंजाब दा ते उस तो भी घट्टा, जो नॉर्मल फर्टिलिटी रेट साडा होना चाहिए है उहदे नालों भी घट्टा पंजाब दा फर्टिलिटी रेट 1.5, इंडिया दा उहदे बराबर ही आ, 2.1 दे बराबर ही आ, ठीक है। हुण गल ये आ कि सब तो इंपोर्टेंट चीज़ ये आ कि इहदे करके जो आपां नूं लगातार देखण नूं मिलिया कि साडी आबादी जिहड़ी 15 to 64 साल वाली आ वो इसे करके ज़्यादा आ। तो मैं तुहानूं इक गल होर क्लीयर करदा जिहड़ी सब तो मेन गल आ, ठीक आ, कि पंजाब दे विच इस एक चीज़ होर कि इंडिया के कॉन्टैक्सट देखा जाए भारत की तो पंजाब की दोवां की फर्टिलिटी रेट 5% के अराउंड होंगी सी, 5.1 के अराउंड होंगी सी 1971 च, पर पंजाब ने घटा के 1.5 कर ली। इंडिया ने भी घटाई है पर इंडिया की घट के 2 ही रही है, तो जो रिप्लेसमेंट रेशो होंगी है फर्टिलिटी रेट की वो 2.1 होंगी है। मतलब जो फर्टिलिटी रेट इन्ना है तो आबादी एक नैचुरल स्पीड से वधदी है, आबादी नहीं वधदी। पंजाब की तो इंडिया की फर्टिलिटी रेट 1.5 तो रिस्पैक्टिवली 2 आ। सो पंजाब की तो हुण उस स्पीड नाल वधनी की है, घटूगी आबादी, इंडिया की हजे उस एक रेट पर मेनटेनड आ। सो इस पैरे का आ मतलब सीगा, क्योंकि तुसीं हुण पैरे का मतलब भी समझते फिरोगे, उलझोगे फिर वह की फायदा। आ जाओ अगे, अगला सवाल अपने को आ गया भारत पंजाब दे विच जो माइग्रेंट्स ने उन्होंने, साडे देश च जो माइग्रेंट्स आउंदे ने अक्सर कई बार ये कह दिता जांदा है कि बाहरों आने वाले साडियां नौकरियां लै जांदे ने, की पता PPSC ते उहनूं एवें दा सवाल पुछ लिया जावे कि इहदे ते संविधानक तौर ते पंजाब सरकार कोई रोक ला सकदी है नहीं। समझण दी कोशिश करियो, संविधान सब नूं नौकरी लैण दा हक दिंदा है देश दे किसे भी कोने च। जे तुसीं इनडायरैक्ट तरीके नाल नौकरियां ते रोक लाओगे भी नॉन स्टेट्स वाले लोकां नूं, जिहड़े नॉन रेजिडेंट्स ने हरियाणे UP वाले आ, ਤਾਂ ਉਹ ਕੋਰਟ 'ਚ ਚੈਲੇਂਜ ਹੋ ਜੂਗੀ। ਜਿਵੇਂ ਹਰਿਆਣੇ ਨੇ ਇੱਕ ਟੈਕਨੀਕ ਲਾਈ ਸੀ ਗਰੁੱਪ ਸੀ ਅਤੇ ਡੀ ਦੇ ਪੇਪਰਾਂ 'ਚ, ਉਹਨਾਂ ਨੇ ਕਿਹਾ ਸੀ ਕਿ 5 ਨੰਬਰ ਉਹਨਾਂ ਨੂੰ ਮਿਲਣਗੇ ਜਿਨ੍ਹਾਂ ਦੇ ਘਰੋਂ ਕੋਈ ਨੌਕਰੀ ਨਹੀਂ ਕਰਦਾ, ਅਤੇ 5 ਨੰਬਰ ਉਹਨਾਂ ਨੂੰ ਜਿਨ੍ਹਾਂ ਦੇ ਮਾਂ ਪਿਓ ਨਹੀਂ ਹੈਗੇ, ਪਰ ਇਹ 10 ਨੰਬਰ ਸਿਰਫ ਉਹਨਾਂ ਨੂੰ ਮਿਲਣਗੇ ਜਿਹੜੇ ਹਰਿਆਣੇ ਦੇ ਰੈਜੀਡੈਂਟ ਆ। ਹਰਿਆਣੇ ਦੇ ਰੈਜੀਡੈਂਟਸ ਨੂੰ ਅਨਡਿਊ ਐਡਵਾਂਟੇਜ ਦਿੱਤਾ, ਇਹ ਕੋਰਟ ਨੂੰ ਲੱਗਿਆ ਅਤੇ ਕੋਰਟ ਨੇ ਇਹ ਕੁਐਸ਼ ਕਰਤਾ ਸਿਸਟਮ। ਸੋ ਪੰਜਾਬ ਸਰਕਾਰ ਕੋਈ ਵੀ ਇਹੋ ਜਿਹਾ ਕਾਨੂੰਨ ਨਹੀਂ ਬਣਾ ਸਕਦੀ ਜਿਹਦੇ 'ਚ ਗੈਰ ਪੰਜਾਬੀਆਂ ਨੂੰ ਸਿੱਧੇ ਤੌਰ 'ਤੇ ਪੰਜਾਬ 'ਚ ਨੌਕਰੀ ਲੈਣ ਤੋਂ ਰੋਕਿਆ ਜਾਵੇ। ਹਾਂ, ਪੰਜਾਬ ਸਰਕਾਰ ਇੱਕ ਕੰਡੀਸ਼ਨ ਰੱਖ ਸਕਦੀ ਆ ਤੁਹਾਡੀ ਜ਼ਿਲ੍ਹੇ ਦੀ ਭਾਸ਼ਾ, ਤੁਹਾਡੇ ਸਟੇਟ ਦੀ ਭਾਸ਼ਾ ਦਾ, ਠੀਕ ਆ, ਉਹ ਇੱਕ ਆਧਾਰ ਬਣਾਇਆ ਜਾ ਸਕਦਾ, ਉਹ ਇੱਥੇ ਵੀ ਬਣਿਆ,
ਠੀਕ ਆ ਤੇ ਹੋਰ ਵੀ ਕਿਵੇਂ ਦੀਆਂ ਕੁਝ ਚੀਜ਼ਾਂ ਆਪਣੀ ਪੰਜਾਬ ਨਾਲ ਸੰਬੰਧਿਤ ਜੀ ਕੇ ਡੋਮੀਨੇਟ ਕਰਵਾਈ ਜਾ ਸਕਦੀ ਆ ਇਹ ਕੰਮ ਤਾਂ ਕਰੇ ਜਾ ਸਕਦੇ ਆ ਪਰ ਤੁਸੀਂ ਕੋਈ ਅਨਕੌਨਸਟੀਟਿਊਸ਼ਨਲ ਤਰੀਕਾ ਨਹੀਂ ਚੱਕ ਸਕਦੇ ਮਾਈਗ੍ਰੈਂਟਸ ਹਮੇਸ਼ਾ ਕਿਸੇ ਵੀ ਸੰਭਾਵਨਾ ਦੀ ਤਲਾਸ਼ 'ਚ ਇੱਕ ਇਲਾਕੇ ਤੋਂ ਦੂਜੇ ਇਲਾਕੇ ਜਾਂਦੇ ਹੀ ਆ ਸੋ ਇਹ ਤੁਸੀਂ ਸ਼ਬਦ ਬੋਲਣੇ ਆ ਉੱਥੇ ਮਾਈਗ੍ਰੈਂਟਸ ਦੇ ਮਾਮਲੇ 'ਚ ਕਰੀਏ ਤਾਂ ਇੰਡੀਆ 'ਚ ਸਭ ਤੋਂ ਵੱਧ ਮਾਈਗ੍ਰੈਂਟਸ ਜਿਹੜੇ ਆ ਆਈ ਥਿੰਕ ਮਹਾਰਾਸ਼ਟਰਾ 'ਚ ਜਾਂਦੇ ਆ ਅਤੇ ਪੰਜਾਬ 8ਵੇਂ ਨੰਬਰ 'ਤੇ ਆ ਸੋ ਇੰਨੀ ਚਿੰਤਾ ਕਰਨ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਲੁਧਿਆਣਾ ਨੰਬਰ 1 ਅਤੇ ਮੋਹਾਲੀ ਨੰਬਰ 2 ਆ ਮਾਈਗ੍ਰੈਂਟਸ ਨੂੰ ਅਬਜ਼ੋਰਬ ਕਰਨ ਦੇ ਮਾਮਲੇ 'ਚ ਅਤੇ ਜੇ ਤੀਜੀ ਗੱਲ ਕਰੀਏ ਪੰਜਾਬ 'ਚ ਔਰਤਾਂ ਵੀਮੈਨ ਜ਼ਿਆਦੀਆਂ ਮਾਈਗ੍ਰੈਂਟਸ ਨੇ ਐਜ਼ ਕੰਪੇਅਰ ਟੂ ਮਰਦ ਮੈਨ ਵਜ੍ਹਾ ਵਿਆਹ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਕਾਰਨ ਆ ਮਾਈਗ੍ਰੇਸ਼ਨ ਦਾ ਕਿ ਹਰਿਆਣੇ ਅਤੇ ਰਾਜਸਥਾਨ ਦੀਆਂ ਔਰਤਾਂ ਵਿਆਹਣ ਤੋਂ ਬਾਅਦ ਪੰਜਾਬ 'ਚ ਆਉਂਦੀਆਂ ਪੇਪਰ 'ਚ ਪੁੱਛਿਆ ਜਾ ਸਕਦਾ ਹੈ ਜਾਂ ਤੁਹਾਡੇ ਕੋਲ ਇੰਟਰਵਿਊ 'ਚ ਪੁੱਛਿਆ ਜਾ ਸਕਦਾ ਕਿ ਤੁਸੀਂ ਇਸ ਮਾਈਗ੍ਰੇਸ਼ਨ ਦਾ ਪੰਜਾਬ 'ਚ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਕਿ ਸਰ ਜੇ ਅਸੀਂ ਪੰਜਾਬ ਦੇ ਆਰਥਿਕ ਸਰਵੇਖਣ ਭਾਵ ਪੰਜਾਬ ਦੇ ਇਕਨੋਮਿਕ ਸਰਵੇ ਦੇ ਕੰਟੈਕਸਟ 'ਚ ਦੇਖੀਏ ਤਾਂ ਸਰਵੇ ਕਹਿੰਦਾ ਹੈ ਕਿ ਵਿਆਹ ਸਭ ਤੋਂ ਵੱਡਾ ਕਾਰਨ ਆ ਦੂਜੀ ਗੱਲ ਸਟੇਟ ਵਾਈਜ਼ ਲੌਜਿਕ ਵਾਈਜ਼ ਹਰ ਚੀਜ਼ ਜਿਹੜੀ ਆ ਉਹ ਤੁਹਾਨੂੰ ਇੱਥੇ ਮੈਂ ਕਲੀਅਰ ਕਰ ਹੀ ਦਿੱਤੀ ਇਹਦੇ 'ਚ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸੈਕਸ ਰੇਸ਼ੋ ਦੀ ਦੇਖੋ ਲਿੰਗ ਅਨੁਪਾਤ ਪੰਜਾਬ ਦੀ ਚਿੰਤਾ ਰਿਹਾ ਹੈ ਸੈਕਸ ਰੇਸ਼ੋ ਹਮੇਸ਼ਾ ਹੀ ਪੰਜਾਬ ਦੀ ਚਿੰਤਾ ਰਹੀ ਹੈ ਜੇ ਅਸੀਂ ਗੱਲ ਸੈਂਸਸ ਦੀ ਵੀ ਕਰੀਏ ਤਾਂ ਮੇਰੇ ਹਿਸਾਬ ਨਾਲ 893 ਪੰਜਾਬ ਦੀ ਸੈਕਸ ਰੇਸ਼ੋ ਆ ਜਾਂ 95 2011 ਦੇ ਸੈਂਸਸ ਦੇ ਮੁਤਾਬਕ ਅਤੇ ਚਾਈਲਡ ਸੈਕਸ ਰੇਸ਼ੋ ਜਿਹੜੀ 0 ਤੋਂ ਲੈ ਕੇ 6 ਸਾਲ ਤੱਕ ਹੁੰਦੀ ਉਹ ਤਾਂ ਹੋਰ ਚਿੰਤਾਜਨਕ ਹੁੰਦੀ ਆ ਉਹ ਹੈਗੀ 846 ਪਰ ਜੇ ਮੈਂ ਨੈਸ਼ਨਲ ਹੈਲਥ ਸਰਵੇ ਦੀ ਗੱਲ ਕਰਾਂ ਤਾਂ ਉਹਨਾਂ ਨੇ 5-7 'ਚ ਜਿਹੜਾ ਸਰਵੇ ਕੀਤਾ ਸੀ ਉਹਦੇ ਮੁਤਾਬਕ 837 ਸੀ ਸੈਕਸ ਰੇਸ਼ੋ ਪੰਜਾਬ ਦੀ ਅਤੇ ਇੰਟਰਸਟਿੰਗ ਗੱਲ ਇਹ ਆ 18-20 'ਚ ਜੋ ਉਹਨਾਂ ਨੇ ਸਰਵੇ ਕੀਤਾ ਉਹ 897 ਹੋ ਗਈ ਸੋ ਇਸ ਸਰਵੇ ਦੇ ਮੁਤਾਬਕ ਜੇ ਆਪਾਂ ਗੱਲ ਕਰੀਏ ਤਾਂ ਇਹ ਆਪਣੇ ਆਪ ਇੰਪੋਰਟੈਂਟ ਚੀਜ਼ ਆ ਨੈਸ਼ਨਲ ਲੈਵਲ 'ਤੇ 901 ਤੋਂ 907 ਹੋਈ ਆ ਪੰਜਾਬ ਹਜੇ ਵੀ 10 ਨੰਬਰ ਪਿੱਛੇ ਆ 1000 ਪਿੱਛੇ ਪਰ ਗਰੋਥ ਦਾ ਮਾਮਲਾ ਦੇਖੋ ਪੰਜਾਬ ਨੇ 837 ਤੋਂ 897 ਕਰ ਲਈ ਅਤੇ ਇੰਡੀਆ ਦੀ 901 ਤੋਂ 907 ਹੀ ਹੋਈ ਹੈ ਸੋ ਜੇ ਮੈਂ ਇਨਕਰੀਮੈਂਟ ਦੇ ਮਾਮਲੇ 'ਚ ਗੱਲ ਕਰਾਂ ਤਾਂ ਤੁਸੀਂ ਇਹ ਸਮਝ ਲਓ ਕਿ ਸਭ ਤੋਂ ਵੱਧ ਪਰਫੋਰਮੈਂਸ ਪੰਜਾਬ ਦੀ ਰਹੀ ਆ ਸਿਰਫ ਇੱਕ ਰਾਜਸਥਾਨ ਨੂੰ ਇਗਨੋਰ ਕਰ ਦਿੱਤਾ ਜਾਵੇ ਸੈਕਸ ਰੇਸ਼ੋ ਇੰਪਰੂਵ ਕਰਨ ਦੇ ਮਾਮਲੇ 'ਚ ਨੈਸ਼ਨਲ ਹੈਲਥ ਸਰਵੇ ਦੇ ਮੁਤਾਬਕ ਦੇਖਿਆ ਜਾਵੇ 5 ਅਤੇ 17-18 ਦੇ ਸਾਲ ਨੂੰ ਕੰਪੇਅਰ ਕਰਕੇ 5-6 ਅਤੇ 17-18 ਦੇ ਸਾਲ ਨੂੰ ਸੈਂਸਸ ਨਹੀਂ ਕਿਉਂਕਿ ਸੈਂਸਸ ਦਾ ਤਾਂ ਅੰਕੜਾ 11 ਤੋਂ ਬਾਅਦ ਆਇਆ ਹੀ ਨਹੀਂ ਸੋ ਇਸ ਰਿਪੋਰਟ ਦੇ ਮੁਤਾਬਕ ਪੰਜਾਬ ਦੀ ਸੈਕਸ ਰੇਸ਼ੋ ਜਿਹੜੀ ਆ ਉਹ ਰੈਲੇਟਿਵਲੀ ਰਾਜਸਥਾਨ ਤੋਂ ਵੱਧ ਨੂੰ ਛੱਡ ਕੇ ਬਾਕੀ ਸਾਰੀਆਂ ਸਟੇਟਾਂ ਤੋਂ ਵੱਧ ਇੰਪਰੂਵ ਹੋਈ ਹੈ ਸੋ ਇੰਡੀਆ ਦੀ ਸੈਕਸ ਰੇਸ਼ੋ ਕਿੰਨੀ ਵਧੀਆ ਅਤੇ ਪੰਜਾਬ ਦੀ ਕਿੰਨੀ ਵਧੀਆ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਨੈਕਸਟ ਅਗਲਾ ਪੰਜਾਬ ਟਿਕਾਊ ਵਿਕਾਸ ਜਿਹੜੇ ਟੀਚੇ ਨੇ ਸਸਟੇਨੇਬਲ ਡਿਵੈਲਪਮੈਂਟ ਗੋਲ ਤੁਹਾਨੂੰ ਪਤਾ ਨਾ ਸਸਟੇਨੇਬਲ ਡਿਵੈਲਪਮੈਂਟ ਇੱਕ ਅਜਿਹੀ ਡਿਵੈਲਪਮੈਂਟ ਨੂੰ ਕਿਹਾ ਜਾਂਦਾ ਹੈ ਦੇਖੋ ਇੱਕ ਸ਼ਬਦ ਹੁੰਦਾ ਗਰੋਥ ਜਿਹਨੂੰ ਅਸੀਂ ਇਕਨੋਮਿਕ ਗਰੋਥ ਵੀ ਕਹਿ ਦਿੰਦੇ ਆਰਥਿਕ ਵਾਧਾ ਉਹ ਸਿਰਫ ਇਕਨੋਮੀ 'ਚ ਦੇਖਦਾ ਕਿ ਇੱਕ ਦੇਸ਼ ਕਿੰਨਾ ਕੁ ਅਮੀਰ ਹੋ ਰਿਹਾ ਇੱਕ ਹੁੰਦੀ ਹੈ ਡਿਵੈਲਪਮੈਂਟ ਵਿਕਾਸ ਜਿਹੜੀ ਇਹ ਦੇਖਦੀ ਆ ਕਿ ਉਹ ਜਿਹੜੀ ਇਹ ਆਰਥਿਕ ਗਰੋਥ ਆ ਉਹ ਹੈਲਥ ਵਗੈਰਾ ਦੇ ਸੈਕਟਰ 'ਚ ਹੋਈ ਆ ਕਿ ਨਹੀਂ ਹੋਈ ਠੀਕ ਆ ਇੱਕ ਹੁੰਦੀ ਇਨਕਲੂਸਿਵ ਡਿਵੈਲਪਮੈਂਟ ਉਹ ਹੁੰਦੀ ਆ ਕਿ ਤੁਸੀਂ ਵਿਕਾਸ ਕਰਦੇ ਹੋਏ ਹਰ ਗਰੀਬ ਦਾ ਵਿਕਾਸ ਕੀਤਾ ਕਿ ਨਹੀਂ ਕੀਤਾ ਹੈਲਥ ਵਗੈਰਾ ਦਾ ਵੀ ਹੈਲਥ ਨੂੰ ਅਤੇ ਐਜੂਕੇਸ਼ਨ ਨੂੰ ਵਿੱਚ ਕਾਊਂਟ ਕੀਤਾ ਹੈ ਤਾਂ ਫਿਰ ਉਹ ਇਕਨੋਮਿਕ ਗਰੋਥ ਨਹੀਂ ਡਿਵੈਲਪਮੈਂਟ ਹੋ ਜੂਗੀ ਵਿਕਾਸ ਹੋ ਜੂਗਾ ਇਨਕਲੂਸਿਵ ਡਿਵੈਲਪਮੈਂਟ ਸਮੁੱਚਾ ਵਿਕਾਸ ਉਹਦੇ 'ਚ ਤੁਸੀਂ ਇਹ ਦੇਖਦੇ ਹੋ ਕਿ ਕੀ ਤੁਸੀਂ ਗਰੀਬਾਂ ਨੂੰ ਵਿੱਚ ਲੈ ਕੇ ਚੱਲੇ ਹੋ ਉਹ ਹੁੰਦੀ ਹੈ ਇਨਕਲੂਸਿਵ ਡਿਵੈਲਪਮੈਂਟ ਕਈ ਲੋਕ ਉਹਨੂੰ ਇਨਕਲੂਸਿਵ ਗਰੋਥ ਵੀ ਕਹਿ ਦਿੰਦੇ ਆ ਉੱਥੇ ਇਨਕਲੂਸਿਵ ਜਦੋਂ ਸ਼ਬਦ ਅੱਗੇ ਆ ਗਿਆ ਫਿਰ ਗਰੋਥ ਅਤੇ ਡਿਵੈਲਪਮੈਂਟ ਮੈਟਰ ਨਹੀਂ ਕਰਦਾ ਇੱਕ ਹੁੰਦੀ ਆ ਸਸਟੇਨੇਬਲ ਡਿਵੈਲਪਮੈਂਟ ਉਹ ਹੁੰਦੀ ਆ ਜਦੋਂ ਤੁਸੀਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਵੀ ਸੋਚ ਕੇ ਚੱਲੇ ਹੋ ਕਿ ਉਹਨਾਂ ਦਾ ਜਲੂਸ ਨਾ ਨਿਕਲ ਜੇ ਆਪਣੀ ਡਿਵੈਲਪਮੈਂਟ ਦੇ ਚੱਕਰ 'ਚ ਉਹਨੂੰ ਕਹਿੰਦੇ ਆ ਸਸਟੇਨੇਬਲ ਡਿਵੈਲਪਮੈਂਟ ਸੋ ਸਸਟੇਨੇਬਲ ਡਿਵੈਲਪਮੈਂਟ ਦੇ 17 ਟੀਚੇ ਨੇ ਠੀਕ ਆ ਉਹਨਾਂ 'ਚੋਂ ਪੂਰੇ 15 ਦੀ ਰੈਂਕਿੰਗ ਹੋਈ ਹੈ ਅਤੇ ਉਹਨਾਂ ਦੀ ਰੈਂਕਿੰਗ ਇੰਟਰਨੈਸ਼ਨਲ ਲੈਵਲ 'ਤੇ ਤਾਂ ਯੂਨਾਈਟਿਡ ਨੇਸ਼ਨਸ ਵਾਲੀ ਕਰਦੇ ਆ ਉਹਨਾਂ ਦਾ ਹੀ ਆਪਣਾ UNDP ਹੈਗਾ ਉਹ ਕਰਦਾ ਹੈ ਭਾਰਤ ਦੇ ਵਿੱਚ ਸਟੇਟਾਂ ਦੇ ਵਿੱਚ ਕੰਪੀਟੀਸ਼ਨ ਕਰਾਉਂਦਾ ਹੈ ਨੀਤੀ ਆਯੋਗ ਹੁਣ ਉਹ ਜਿਹੜਾ ਨੀਤੀ ਆਯੋਗ ਆ ਜਿਹੜਾ ਉਹਨੇ ਕੰਪੀਟੀਸ਼ਨ ਕਰਾਇਆ ਹੈ ਉਹਦਾ ਸਟੇਟਸ ਜੋ ਹੈਗਾ ਹੈ June 2021 ਤੋਂ ਬਾਅਦ ਕੋਈ ਰਿਜ਼ਲਟ ਹੀ ਨਹੀਂ ਆਇਆ ਖੈਰ ਉਸੇ ਰਿਪੋਰਟ ਨੂੰ ਆਪਾਂ ਡਿਸਕਸ ਕਰ ਲਈਏ ਕਿ ਪੰਜਾਬ ਦਾ ਜਿਹੜਾ ਓਵਰਆਲ ਸਕੋਰ ਆ ਸਟੇਟਾਂ ਦੇ ਮਾਮਲੇ 'ਚ ਸਸਟੇਨੇਬਲ ਡਿਵੈਲਪਮੈਂਟ ਦੇ ਮਾਮਲੇ 'ਚ ਉਹ ਹੈਗਾ ਜੀ 12ਵਾਂ ਰੈਂਕ ਪੰਜਾਬ ਦਾ ਕੰਪੋਜ਼ਿਟ ਸਕੋਰ 68 ਆ ਜਿਹੜਾ ਕਿ ਪਿਛਲੇ ਸਾਲ ਦੇ 62 ਨਾਲੋਂ ਜ਼ਿਆਦਾ ਵਧੀਆ ਸੀ ਅਤੇ ਨਾ 4 ਕੈਟੇਗਰੀਜ਼ 'ਤੇ ਸਟੇਟਾਂ ਨੂੰ ਵੰਡਿਆ ਗਿਆ ਹੈ ਕਿਹੜੀਆਂ ਇੱਕ ਹੁੰਦੀਆਂ ਸਭ ਤੋਂ ਟੌਪ ਪਰਫੋਰਮਰਸ ਠੀਕ ਆ ਅਤੇ ਇੱਕ ਇੱਕ ਸਭ ਤੋਂ ਇੱਕ ਹੁੰਦੀਆਂ ਪਰਫੋਰਮਰ
एक टॉप परफॉर्मर, एक उस तो थले हुंदियां फ्रंट रनर स्टेट। पंजाब जो 62 नंबरां नाल सीगा पिछले साल, उदों पंजाब फ्रंट रनर स्टेट सी, ते अज पंजाब परफॉर्मरस की कैटेगरी च आ चुकिया है। सो ये पंजाब वास्ते सब तो वड्डी उपलब्धि है कि इस टाइम पंजाब का जिहड़ा स्टेटस है, ठीक है, सॉरी परफॉर्मर टू दी कैटेगरी ऑफ फ्रंट रनर। सो ये मैनू लगता हाँ पंजाब परफॉर्मरस की फ्रॉम कैटेगरी ऑफ परफॉर्मर टू फ्र हाँ पहला परफॉर्मरस कैटेगरी सी, हुण पंजाब फ्रंट रनर कैटेगरी आ गया है। पंजाब का इस बार का रैंक 12 है, तो कंपोजिट स्कोर 68 है। तो जे ओवरऑल इंडिया दी सारियां स्टेटां नूं कंपेयर कर लीए तो इंडिया का स्कोर इस टाइम 66 आ। सो पंजाब इंडिया के एवरेज स्कोर तो भी वध आ जे सस्टेनेबल डिवेलपमेंट पंजाब नूं देखिया जाए तो। खैर तो जे कोई पुछे कि सस्टेनेबल डिवेलपमेंट किन्ने टारगेट चैक किए गए हैं, तो 15 टारगेट चैक किए गए हैं। उन्होंने एजुकेशन, लिविंग स्टैंडर्ड, फलां फलां फलां, एजुकेशन के मामले च पंजाब ने सब तो वधिया परफॉर्म किया है। सस्टेनेबल डिवेलपमेंट गोल नंबर 4 जिहड़ा सीगा उहदे च पंजाब ने सब तो वधिया परफॉर्म किया है। सो ये भी तुहानू अपडेट पता होनी चाहिए है। खैर पंजाब की इकोनॉमिक सर्वे नाल संबंधित करंट सी, होर पंजाब नाल रिलेटेड करंट जिहड़े आ उह भी मैं पढ़ा दूंगा, तो होर नैशनल करंट जो अजकल इंपोर्टेंट रहे आला दुआला वह मैं जरूर पढ़ाऊंगा, ताकि तुहाडा जिहड़े भी विषय च इंट्रस्ट होवे तुसीं उहनूं कर सको। खैर जे मैं यूथ की इंपलॉयमेंट की गल करा तो वह चिंता का विषय है। 2019-20 दे मेल 18% ते फीमेल 16% बेरोजगार सी, सॉरी 2018-19 ते 21-22 मर्दा दे विच बेरोजगारी दर घटी है, ते हैरानी की गल आ औरतों बेरोजगारी दर बहुत वधी है। सीधा सीधा इंपोर्टेंट फीमेल इशूज़ ते बोलण वाले इस गल दा ध्यान रख सकदे आ कि औरतों दे विच पंजाब दी ही इकनोमिक सर्वे कह रहा है कि 19-20 तो 20-21 च बेरोजगारी दर वधी है। ओवरऑल बेरोजगारी दर कॉन्सटेंट रही है, वधा क्योंकि मुंडिया की घट गई तो कुड़ियों की ज़्यादा वध गई। तो तुम कहो कि जो मुंडिया की घट घट 2% ही घटी है, जो 2 पॉइंट ही घटी है, तो इतने 9% नौ फैक्टर वधी है। फिर ओवरऑल 19 क्यों? क्योंकि मुंडिया की गिणती भी तो ज़्यादा है, ज़्यादा बंदियां दे 2 नंबर ही घटन वो ज़्यादा असर दिखाते हैं, थोड़े लोगों के 9 नंबर भी वधन। तो सो ओवरऑल 19% साड़ी देश की इस टाइम अनइंप्लॉयमेंट रेट है। क्यों आ, की कहानी आ, आ तुहानू मैं सामने इशू क्लीयर करता। सो मास्टर क्लासिस पटियाला वास्ते तुसीं सिर्फ PPSC नहीं, PCS प्री कम मेन्स बाईलिंगुअल, तुसीं साड़ियां वीडियोज़ देखो, सारियां वीडियोज़ तुहानू बाईलिंगुअल मिलनगियां डिटेल्ड लैक्चर्स दियां। इस तो बिना जिहड़े बच्चे PSSB की तैयारी कर रहे हैं, पंजाब पुलिस की तैयारी कर रहे हैं, उन्होंने क्वालिटी कंटेंट ये वीडियो टैलीग्राम से शेयर कर दूंगा, आ थले लिंक आ, इनू कॉपी करके स्टडी मटीरियल्स की डेमो चैक कर लियो, ताकि तुहानू यह यकीन हो जाए कि वाकई मीडियम पंजाबी है। 7708000072 साडा नंबर आ, ये संपर्क कर सकते हो तुसीं, ठीक आ। साडी ऐप किवें डाउनलोड करनी आ सब कुछ दस देणगे तुहानू। सो जिहड़े इस टाइम तैयारी कर रहे सैक्शन ऑफिसर की, उम्मीद करदा कि उन्हां लई ये वीडियो बहुत फायदेमंद होगी। हुण लई नहीं बहुत आ जी, धन्यवाद।